ਹਾਂਜੀ ਬੱਚਿਓ, ਅੱਜ ਆਪਾਂ ਪੜਾਂਗੇ ਪੌਦਿਆਂ ਬਾਰੇ। ਪੌਦਿਆਂ ਬਾਰੇ, ਠੀਕ ਹੈ। ਵਾਤਾਵਰਨ ਦੇ ਵਿੱਚ ਆਪਾਂ ਲੈਸਨ ਪੜ੍ਹਿਆ ਹੈ ਨਾ, ਪੇੜ ਪੌਦਿਆਂ ਬਾਰੇ, ਜੀਵ ਜੰਤੂਆਂ ਬਾਰੇ। ਅੱਜ ਮੈਂ ਤੁਹਾਨੂੰ ਪੌਦਿਆਂ ਬਾਰੇ ਦੱਸੂੰਗੀ। ਅਰਮਾਨ ਬੇਟਾ ਇੱਧਰ ਆ ਜਾ ਅਰਮਾਨ, ਠੀਕ ਹੈ। ਪੌਦੇ ਆ ਦੇਖੋ, ਸਭ ਤੋਂ ਪਹਿਲਾਂ ਆਹ ਆਪਣੇ ਕੋਲ ਹੈਗਾ ਪੌਦਾ, ਪੌਦਾ ਵੀ ਕਹਿ ਸਕਦੇ ਹੋ, ਦਰਖਤ ਵੀ ਕਹਿ ਸਕਦੇ ਹੋ। ਦਰਖਤ ਤੇ ਪੌਦੇ 'ਚ ਫਰਕ ਹੁੰਦਾ ਪੁੱਤ, ਜਿਹੜਾ ਤਾਂ ਇਹ ਤਾਂ ਹੋ ਗਿਆ ਦਰਖਤ ਮੋਟੇ ਤਨੇ ਵਾਲਾ, ਠੀਕ ਹੈ। ਹੁਣ ਇਹ ਕੀ ਹੈ, ਇਹ ਜਿਹੜਾ ਇੱਧਰ ਹੈ ਇਹ ਪੌਦਾ ਹੈਗਾ। ਪੌਦੇ ਆਪਣੇ ਕੋਲ ਹੋਰ ਵੀ ਨੇ। ਸਭ ਤੋਂ ਪਹਿਲਾਂ ਮੈਂ ਇਹਨਾਂ ਦੇ ਪੌਦਿਆਂ ਦੇ ਤੁਹਾਨੂੰ ਜਿਹੜੇ ਭਾਗ ਹੁੰਦੇ ਨੇ ਉਹਨਾਂ ਬਾਰੇ ਦੱਸੂੰਗੀ, ਠੀਕ ਹੈ। ਸਭ ਤੋਂ ਪਹਿਲਾਂ ਤਾਂ ਜਿਹੜਾ ਆਹ ਮੋਟਾ ਡੰਡੀ ਹੁੰਦੀ ਹੈ, ਇਹਨੂੰ ਕੀ ਕਹਿੰਦੇ ਨੇ? ਤਣਾ। ਕੀ ਕਹਿੰਦੇ ਨੇ? ਤਣਾ। ਕੀ ਹੁੰਦਾ ਇਹ? ਤਣਾ, ਠੀਕ ਹੈ। ਆਹ ਕੀ ਹੁੰਦੇ ਨੇ ਇਹਦੇ? ਪੱਤੇ। ਕੀ ਹੁੰਦੇ ਨੇ? ਪੱਤੇ। ਕੀ ਹੁੰਦੇ ਨੇ? ਪੱਤੇ। ਤੇ ਇੱਕ ਆਪਣਾ ਤਣਾ ਆ ਗਿਆ ਨਾ, ਜਿਹੜੀ ਆਹ ਮਿੱਟੀ ਹੈ, ਠੀਕ ਹੈ। ਮਿੱਟੀ ਦੇ ਥੱਲੇ ਪੌਦੇ ਦਾ ਕਿਹੜਾ ਹਿੱਸਾ ਹੁੰਦਾ ਹੈਗਾ? ਜੜਾਂ। ਦੇਖੀਏ ਤੁਸੀਂ ਜੜਾਂ, ਜਦੋਂ ਆਪਾਂ ਪੌਦੇ ਲਾਏ ਸੀ, 3-4 ਦਿਨ ਹੋ ਗਏ ਆਪਾਂ ਪੌਦੇ ਲਾਏ ਸੀ ਨਾ, ਉਹ ਜਿਹੜੀਆਂ ਨੀਚੇ ਦੇਖਿਆ ਸੀ ਨਾ, ਜਦੋਂ ਅੰਕਲ ਲਾ ਰਹੇ ਸੀ ਪੌਦੇ, ਤਾਂ ਜਿਹੜੀ ਨੀਚੇ ਆਪਾਂ ਥੱਲੇ ਦੱਬ ਦਿੰਦੇ ਹਾਂ ਧਰਤੀ ਦੇ ਵਿੱਚ, ਉਹ ਕੀ ਹੁੰਦੀਆਂ ਹੁੰਦੀਆਂ? ਜੜਾਂ। ਜਦੋਂ ਆਪਾਂ ਜੜਾਂ ਨੂੰ ਪਾਣੀ ਦਿੰਦੇ ਹਾਂ, ਧੁੱਪ ਪੈਂਦੀ ਹੈ ਇੱਥੇ, ਤਾਂ ਉਹ ਆਪਦੇ ਵੱਧਦਾ, ਉਹ ਆਪਦੀ ਖਾਣਾ ਬਣਾਉਂਦਾ, ਖਾਣਾ ਬਣਾਉਣ ਨਾਲ ਉਹ ਵੱਧਦੇ ਨੇ। ਇਹ ਹੋ ਗਏ ਪੱਤੇ, ਇਹ ਹੋ ਗਿਆ ਤਣਾ, ਠੀਕ ਹੈ। ਇੱਕ ਹੁਣ ਇਹਨਾਂ ਨੂੰ ਇੱਕ ਹੋਰ ਚੀਜ਼ ਵੀ ਲੱਗਦੀ ਹੈ, ਦੇਖੋ ਇੱਧਰ ਆ ਜਾਓ। ਇਹ ਹੋ ਗਿਆ ਨਿੰਬੂ ਦਾ ਦਰਖਤ, ਦਰਖਤ ਬਣੂਗਾ ਹਜੇ ਪੌਦੇ ਦੇ ਰੂਪ ਚ, ਦੇਖੋ ਆ ਲੱਗੇ ਹੋਏ। ਇਹ ਕੀ ਲੱਗਿਆ ਵਾ ਇਹਨੂੰ? ਨਿੰਬੂ। ਇਹਨਾਂ ਦਾ ਫਲ ਹੈ, ਨਿੰਬੂ ਲੱਗਿਆ ਵਾ ਨਾ, ਇਹ ਇਹਨਾਂ ਦਾ ਕੀ ਹੈ? ਫਲ। ਇੱਕ ਤਾਂ ਹੁਣ ਹੋ ਗਿਆ ਤਣਾ, ਇੱਕ ਹੋ ਗਏ ਪੱਤੇ, ਇੱਕ ਹੋ ਗਿਆ ਜੜਾਂ, ਇੱਕ ਹੋ ਗਏ ਫਲ, ਠੀਕ ਹੈ। ਜਿਹੜਾ ਪੌਦੇ ਨੂੰ ਮਿੱਟੀ ਦੇ ਵਿੱਚ ਜਕੜ ਕੇ ਕੌਣ ਰੱਖਦਾ? ਮਿੱਟੀ ਨੂੰ ਜਕੜ ਕੇ ਕੌਣ ਰੱਖਦਾ? ਜਿਹੜੇ ਮਿੱਟੀ ਦੇ ਅੰਦਰ ਹੁੰਦੇ। ਆ ਜਾਓ ਆਪਾਂ ਫੁੱਲ ਵੀ ਦੇਖੀਏ। ਰੰਗ ਵੀ ਇੱਕ ਸਾਰ ਨੀ ਹੁੰਦਾ, ਠੀਕ ਹੈ, ਇੱਕੋ ਜਿਹਾ ਨੀ ਹੁੰਦਾ। ਆ ਦੇਖੋ ਆ ਗਿਆ ਗੁਲਾਬ ਦਾ ਪੌਦਾ, ਆ ਗਿਆ ਨਾ। ਕਿਹੜਾ ਫੁੱਲ ਹੈ ਇਹ? ਗੁਲਾਬ ਦਾ ਪੌਦਾ। ਕਿਹੜਾ ਫੁੱਲ ਹੈ ਇਹ? ਗੁਲਾਬ ਦਾ ਪੌਦਾ। ਪੌਦੇ ਦੇ ਕਿੰਨੇ ਭਾਗ ਹੋ ਗਏ, ਕਿੰਨੇ ਕਿੰਨੇ ਆਪਾਂ ਕਰ ਲਏ? ਦੇਖੋ ਸਭ ਤੋਂ ਪਹਿਲਾਂ ਜਿਹੜੀ ਮਿੱਟੀ ਦੇ ਥੱਲੇ ਹੁੰਦੀਆਂ ਜੜਾਂ, ਪਹਿਲਾਂ ਹੋ ਗਿਆ ਜੜਾਂ, ਦੂਜਾ ਤਣਾ, ਫਿਰ ਪੱਤੇ, ਫਿਰ ਫਲ, ਫਿਰ ਫੁੱਲ, ਠੀਕ ਹੈ। ਹੁਣ ਇਹ ਫੁੱਲ ਖਿੜਿਆ ਹੋਇਆ ਨਾ, ਇਹ ਫੁੱਲ ਪੂਰਾ ਬਣ ਗਿਆ। ਇੱਕ ਕਲੀਆਂ ਵੀ ਹੁੰਦੀਆਂ, ਕਲੀਆਂ ਬੰਦ ਹੁੰਦਾ ਗੁਲਾਬ, ਜਦੋਂ ਖਿੜਿਆ ਨੀ ਨਾ ਹੁੰਦਾ, ਇੰਨੀ ਬੰਦ ਹੁੰਦਾ ਨਾ, ਉਹਨੂੰ ਕੀ ਕਹਿੰਦੇ ਨੇ? ਕਲੀਆਂ, ਕਲੀ ਹਨਾ। ਇੱਥੇ ਆਪਾਂ ਦੇਖ ਲੈਣੇ ਹੈਗੇ ਕਿਸੇ ਫੁੱਲ ਦੀ, ਇੱਧਰ ਆ ਦੇਖੋ, ਇਹ ਹਜੇ ਬੰਦ ਹੈ, ਇਹਦੇ ਵਿੱਚੋਂ ਹਜੇ ਫੁੱਲ ਨਿਕਲੂਗਾ ਤੇ ਇਹ ਫੁੱਲ ਖਿੜ ਕੇ ਵੱਡਾ ਬਣ ਜੂਗਾ, ਠੀਕ ਹੈ। ਹੁਣ ਪੌਦੇ ਦੇ ਕਿੰਨੇ ਕਿੰਨੇ ਭਾਗ ਹੋ ਗਏ ਬੋਲੋ? ਪਹਿਲਾ ਭਾਗ ਤਣਾ, ਫਲ, ਪੱਤੇ, ਠੀਕ ਹੈ। ਜਿਹੜੇ ਪੌਦੇ ਨੇ ਉਹ ਕਿਹੜੀ ਗੈਸ ਨੂੰ ਖਾਣਾ ਬਣਾਉਣ ਵਾਸਤੇ ਕਿਹੜੀ ਗੈਸ ਲੈਂਦੇ ਨੇ ਅੰਦਰ? ਸਾਹ, ਆਪਾਂ ਕਿਹੜੀ, ਜਦੋਂ ਆਪਾਂ ਸਾਹ ਲੈਂਦੇ ਹਾਂ ਐਵੇਂ ਆਪਾਂ ਕਿਹੜੀ ਗੈਸ ਲੈਂਦੇ ਅੰਦਰ? ਆਕਸੀਜਨ। ਕਿਹੜੀ? ਆਕਸੀਜਨ। ਤੇ ਆਪਾਂ ਛੱਡਦੇ ਕਿਹੜੀਆਂ? ਕਾਰਬਨ ਡਾਈਆਕਸਾਈਡ। ਕਿਹੜੀ ਛੱਡਦੇ ਹਾਂ ਆਪਾਂ? ਕਾਰਬਨ ਡਾਈਆਕਸਾਈਡ। ਪੌਦੇ ਉਲਟ ਨੇ, ਪੌਦੇ ਕਿਹੜੀ ਹਵਾ ਲੈਂਦੇ ਨੇ, ਕਿਹੜੀ ਗੈਸ ਲੈਂਦੇ ਨੇ? ਕਾਰਬਨ ਡਾਈਆਕਸਾਈਡ ਉਹ ਲੈਂਦੇ ਨੇ
ਤੇ ਬਾਹਰ ਕਿਹੜੀ ਛੱਡਦੇ ਨੇ ਆਕਸੀਜਨ, ਕਿਹੜੀ ਛੱਡਦੇ ਨੇ ਆਕਸੀਜਨ। ਤਾਂ ਹੀ ਕਰਕੇ ਆਪ ਕਹਿੰਦੇ ਹੁੰਦੇ ਨੇ ਵੀ ਵੱਧ ਤੋਂ ਵੱਧ ਰੁੱਖ ਲਾਓ, ਜਦੋਂ ਆਪਾਂ ਜ਼ਿਆਦਾ ਰੁੱਖ ਲਾਵਾਂਗੇ ਤਾਂ ਆਪਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਆਕਸੀਜਨ ਮਿਲੂਗੀ, ਆਕਸੀਜਨ ਮਿਲੂਗੀ ਤਾਂ ਹੀ ਆਪਾਂ ਜਿਉਂਦੇ ਰਹਾਂਗੇ ਨਾ। ਹੁਣ ਜੇ ਆਪਾਂ ਨੂੰ ਸਾਹ ਲੈਣ ਲਈ ਆਕਸੀਜਨ ਨਹੀਂ ਮਿਲੂ, ਹਵਾ ਨਹੀਂ ਮਿਲੂਗੀ ਤਾਂ ਆਪਾਂ ਨਹੀਂ ਜਿਉਂਦੇ ਰਹਿ ਸਕਦੇ ਨਾ। ਤੁਸੀਂ ਸਾਹ ਰੋਕ ਕੇ ਦੇਖ ਲਓ ਕਿ ਕਿੰਨੀ ਕੁ ਦੇਰ ਤੁਸੀਂ ਰੋਕ ਸਕਦੇ ਹੋ, ਸਾਹ ਰੋਕ ਕੇ ਦੇਖੋ ਆਪਣਾ ਕਿੰਨੀ ਕੁ ਦੇਰ ਰੋਕ ਸਕਦੇ ਹੋ। ਬਿਲਕੁਲ ਬੋਲਣਾ, ਸਾਹ ਰੋਕੋ। ਨਹੀਂ ਹੋ ਰਿਹਾ ਨਾ, ਤਾਂ ਤੁਸੀਂ ਦੇਖੋ ਜਦੋਂ ਆਪਾਂ ਪੌਦੇ ਕੱਟੀ ਜਾਵਾਂਗੇ, ਦਰਖਤਾਂ ਨੂੰ ਕੱਟੀ ਜਾਵਾਂਗੇ ਤਾਂ ਆਪਾਂ ਨੂੰ ਆਕਸੀਜਨ ਕਿੱਥੋਂ ਮਿਲੂਗੀ, ਤਾਂ ਆਪਾਂ ਸਾਹ ਕਿੱਥੋਂ ਲਵਾਂਗੇ, ਜਿਉਂਦੇ ਨਹੀਂ ਨਾ ਰਹਿ ਸਕਦੇ। ਤਾਂ ਜਿਹੜੇ ਪੌਦੇ ਹੁੰਦੇ ਨੇ, ਦਰਖਤ ਹੁੰਦੇ ਨੇ, ਇਹ ਕਾਹਦੇ ਕਾਹਦੇ 'ਚ ਮਦਦ ਕਰਦੇ ਨੇ, ਕਿ ਤਾਂ ਆਪਾਂ ਨੂੰ ਆਕਸੀਜਨ ਦਿੰਦੇ ਨੇ, ਪਾਲ ਦਿੰਦੇ ਨੇ, ਹੈ ਨਾ, ਹੋਰ ਕੀ ਦਿੰਦੇ ਨੇ, ਲੱਕੜ ਦਿੰਦੇ ਨੇ, ਲੱਕੜ ਨਾਲ ਫਰਨੀਚਰ ਬਣਦਾ ਹੈਗਾ, ਠੀਕ ਹੈ। ਪੌਦੇ ਜਿੱਥੇ ਦਰਖਤ ਵੱਧ ਹੋਣਗੇ ਉੱਥੇ ਮੀਂਹ ਵੀ ਜ਼ਿਆਦਾ ਪਊਗਾ, ਜੇ ਮੀਂਹ ਪਊਗਾ ਤਾਂ ਧਰਤੀ 'ਤੇ ਪਾਣੀ ਆਊਗਾ, ਠੀਕ ਹੈ। ਅਤੇ ਜਿਹੜੇ ਪੌਦੇ ਨੇ ਮਿੱਟੀ ਨੂੰ ਖੁਰਨ ਤੋਂ ਬਚਾਉਂਦੇ ਨੇ, ਭੂ ਖੋਰ ਤੋਂ ਬਚਾਉਂਦੇ ਨੇ, ਭੂ ਖੋਰ ਮਤਲਬ ਮਿੱਟੀ ਦਾ ਖੁਰਨਾ। ਜਦੋਂ ਪੌਦੇ ਜਗ੍ਹਾ ਜਗ੍ਹਾ 'ਤੇ ਦਰਖਤ ਲੱਗੇ ਹੋਣਗੇ ਤਾਂ ਉਹਨਾਂ ਦੀ ਜੜ੍ਹਾਂ ਮਿੱਟੀ ਨੂੰ ਫੜ ਕੇ ਰੱਖਣਗੀਆਂ, ਤਾਂ ਉਹਦੇ ਨਾਲ ਜਿਹੜੀ ਭੂ ਖੋਰ ਹੈ ਨਹੀਂ ਹੋ, ਸਮਝ ਆ ਗਈ। ਹੁਣ ਕਈ ਕਈ ਪੌਦਿਆਂ ਦੇ ਆਪਾਂ ਫਲ ਖਾਂਦੇ ਹਾਂ, ਕਈ ਪੌਦਿਆਂ ਦੇ ਆਪਾਂ ਪੱਤੇ ਅਲੱਗ ਅਲੱਗ ਹਿੱਸੇ ਆਪਾਂ ਖਾਂਦੇ ਹਾਂ, ਠੀਕ ਹੈ। ਹੁਣ ਕਿਹੜੇ ਕਿਹੜੇ ਫਲ ਆਪਾਂ ਖਾਂਦੇ ਹਾਂ, ਕਿਹੜੇ ਕਿਹੜਾ ਹਿੱਸਾ ਆਪਾਂ, ਸੇਬ ਹੋ ਗਿਆ, ਜੜ੍ਹਾਂ ਵੀ ਖਾਂਦੇ ਹਾਂ, ਹੈ ਨਾ, ਇਕੱਲੀਆਂ ਜੜ੍ਹਾਂ ਖਾਂਦੇ। ਮੈਂ ਤੁਹਾਨੂੰ ਪਾਠ ਪੜ੍ਹਾਇਆ ਸੀ ਨਾ, ਜੜ੍ਹਾਂ ਕਿਹਦੀਆਂ ਕਿਹਦੀਆਂ ਖਾਂਦੇ ਹਾਂਗੇ, ਜਿਹੜੀਆਂ ਧਰਤੀ 'ਚ ਹੁੰਦੀਆਂ ਜੜ੍ਹਾਂ ਕਿਹੜੀਆਂ ਕਿਹੜੀਆਂ ਹੁੰਦੀਆਂ ਹੈਗੀਆਂ, ਜਿਵੇਂ ਗਾਜਰ ਹੋ ਗਈ, ਹੈ ਨਾ, ਉਹਨੂੰ ਅਸੀਂ ਪੱਟ ਕੇ ਖਾਂਦੇ ਹਾਂ ਨਾ, ਹੈ ਨਾ। ਕਈਆਂ ਦੇ ਆਪਾਂ ਪੱਤੇ ਖਾਂਦੇ ਹਾਂ, ਪੱਤੇ ਜਿਵੇਂ ਪੁਦੀਨਾ ਹੋ ਗਿਆ, ਪੁਦੀਨੇ ਦੇ ਪੱਤੇ ਖਾਂਦੇ, ਧਨੀਆ ਤੋੜ ਕੇ ਖਾਂਦੇ ਹਾਂ ਨਾ। ਤਾਂ ਦਰਖਤ ਆਪਣੇ ਲਈ ਬਹੁਤ ਫਾਇਦੇਮੰਦ ਨੇ, ਇਸੇ ਕਰਕੇ ਕਹਿੰਦੇ ਨੇ ਕਿ ਵੱਧ ਤੋਂ ਵੱਧ ਆਪਾਂ ਨੂੰ ਰੁੱਖ ਲਾਉਣੇ ਚਾਹੀਦੇ ਨੇ। ਹੁਣ ਮੈਨੂੰ ਇਹ ਦੱਸੋ ਵੀ ਆਪਾਂ ਕਿਹੜੀ ਗੈਸ ਲੈਂਦੇ ਹਾਂ ਸਾਹ ਲੈਣ ਲੱਗੇ, ਕਿਹੜੀ ਆਪਾਂ ਅੰਦਰ ਹਵਾ ਲੈ ਕੇ ਜਾਂਦੇ, ਛੱਡਦੇ ਕਿਹੜੀ ਹਾਂ ਆਪਾਂ, ਕਾਰਬਨ ਡਾਈਆਕਸਾਈਡ। ਅਤੇ ਪੌਦੇ ਕਿਹੜੀ ਲੈਂਦੇ ਨੇ, ਕਾਰਬਨ ਡਾਈਆਕਸਾਈਡ, ਛੱਡਦੇ ਕਿਹੜੀ ਨੇ ਉਹ। ਜਦੋਂ ਪੌਦੇ ਉਹਦਾ ਖਾਣਾ ਬਣਾਉਂਦੇ ਨੇ, ਉਹਨਾਂ ਨੂੰ ਕਿਹੜੀ ਕਿਹੜੀ ਚੀਜ਼ਾਂ ਦੀ ਲੋੜ ਹੁੰਦੀ ਹੈ, ਪਾਣੀ ਦੀ, ਧੁੱਪ ਦੀ, ਮਿੱਟੀ ਦੀ, ਕਾਰਬਨ ਡਾਈਆਕਸਾਈਡ ਦੀ, ਠੀਕ ਹੈ। ਇਹਨਾਂ ਨੂੰ ਮਿਲ ਕੇ ਇਹਨਾਂ ਦਾ ਭੋਜਨ ਬਣਦਾ। ਅੱਛਾ, ਇੱਕ ਹੁੰਦਾ ਵੀ ਹਰੇਕ ਦਰਖਤ ਨੂੰ, ਹਰੇਕ ਪੌਦੇ ਨੂੰ ਆਪਾਂ ਇਹ ਨਹੀਂ ਹੈਗਾ ਵੀ ਕਿਸੇ ਨੂੰ ਬਾਲਟੀ ਭਰ ਪਾਣੀ ਪਾਈ ਜੇ, ਸਾਰਿਆਂ ਨੂੰ ਇੱਕ ਸਾਰ ਨਹੀਂ ਹੁੰਦਾ। ਕਈਆਂ ਨੂੰ ਥੋੜ੍ਹੇ ਪਾਣੀ ਦੀ ਲੋੜ ਹੁੰਦੀ ਹੈ, ਕਈਆਂ ਨੂੰ ਜ਼ਿਆਦਾ ਪਾਣੀ ਦੀ ਲੋੜ ਹੁੰਦੀ ਹੈ, ਕਈਆਂ ਨੂੰ ਘੱਟ ਧੁੱਪ ਦੀ ਲੋੜ ਹੁੰਦੀ ਹੈ, ਕਈਆਂ ਨੂੰ ਜ਼ਿਆਦਾ ਧੁੱਪ ਦੀ ਲੋੜ ਹੁੰਦੀ ਹੈ, ਕਈਆਂ ਦਾ ਤਣਾ ਮੋਟਾ ਹੁੰਦਾ, ਕਈਆਂ ਦਾ ਪਤਲਾ ਹੁੰਦਾ, ਕਈਆਂ ਦੇ ਪੱਤੇ ਵੱਡੇ ਹੁੰਦੇ ਨੇ, ਕਈਆਂ ਦੇ ਛੋਟੇ ਹੁੰਦੇ ਨੇ, ਕਈਆਂ ਨੂੰ ਛਾਂ, ਕਈ ਛਾਂ 'ਚ ਵੱਧ ਲੱਗਦੇ ਨੇ, ਕਈ ਧੁੱਪ 'ਚ ਜ਼ਿਆਦਾ ਖਿੜਦੇ ਨੇ, ਠੀਕ ਹੈ। ਕਈਆਂ ਨੂੰ ਪਾਣੀ ਦੀ ਜਮੇ ਨਹੀਂ ਲੋੜ ਹੁੰਦੀ, ਕਈਆਂ ਨੂੰ ਪਾਣੀ ਦੀ ਬਹੁਤ ਜ਼ਿਆਦਾ ਲੋੜ ਹੁੰਦੀ ਹੈ, ਸਮਝ ਆ ਗਈ। ਤਾਂ ਹੁਣ ਅੱਜ ਆਪਾਂ ਪੌਦਿਆਂ ਦੇ ਕਿਹੜੇ ਕਿਹੜੇ ਭਾਗ ਕੀਤੇ ਨੇਗੇ, ਠੀਕ ਹੈ ਜੀ, ਬਾਕੀ ਤੁਹਾਨੂੰ ਮੈਂ ਕਲਾਸ 'ਚ ਕਰਾਉਂਦੀ ਹਾਂ। ਚਲੋ, ਵੈਰੀ ਗੁੱਡ।